भगवान दी जय। सो हंग महाराज शेर सिंह विष्णु भगवान दी जय। सो हंग महाराज शेर सिंह विष्णु भगवान दी जय। तू जेठुवाल पिंड दी सारी दुनिया दे विच मची, तू नेड़े ते रब भी नेड़े, सहबाए गल सच्ची। मैं नची दाता नची नची मैं तेरा ना लैके, नची मैं सहबा नची नची मैं तेरा ना लैके। उच्चे सुच्चे भूआ जी साडे उच्चिया तो बलिहारे, मेरे वर्गे झूठे झूठे पार जिन्ना ने तारे। आ मेरे वर्गे झूठे झूठे पार जिन्ना ने तारे, साहब जिन्ना दा सच्चा होवे ओ डोर नी रख दे कच्ची। साहबा मैं तेरा ना लैके, मैं नची दाता नची नची मैं तेरा ना लैके, नची मैं दाता नची नची मैं तेरा ना लैके। सुन ले पुकार सहबा अपने भगतां दी, ते मैं होर सुनावा केनू, तेरे जिया मैनू होर ना कोई, ते मेरे जिया लख तैनू, तेरे जिया मैनू होर ना कोई, ते मेरे जिया लख तैनू। जिना सुटिया जिना सुटिया तेरे ते सहबा डोरा ते कदी डोल दे नहीं। जिना सुटिया जिना सुटिया तेरे ते सहबा डोरा ते कदी डोल दे नहीं, डोल दे नहीं मंदा बोल दे नहीं, डोल दे नहीं मंदा बोल दे नहीं। जिना सुटिया जिना सुटिया तेरे ते सहबा डोरा ओ ते कदी डोल दे नहीं। पालिया परिता जिना तेरे नाल गूड़िया, आसा कर देने सहबा उना दिया पूरिया। पालिया परिता जिना तेरे नाल गूड़िया, आसा कर देने सहबा उना दिया पूरिया। होने उनानू होने उनानू कदे नी कोई थोड़ा ओ ते कदी डोल दे नहीं। जिना सुटिया जिना सुटिया तेरे ते सहबा डोरा ओ ते कदी डोल दे नहीं। रोम रोम विच तेरा नाम मैं वसा लिया, साढ़े घरिया भी किते सहबा कलगिया वालिया। तेरे बच्चिया नू तेरे बच्चिया नू तेरिया लोड़ा ओ ते कदी डोल दे नहीं। जिना सुटिया जिना सुटिया तेरे ते सहबा डोरा ओ ते कदी डोल दे नहीं। सो हंग महाराज शेर सिंह विष्णु भगवान दी जय। सो हंग महाराज शेर सिंह विष्णु भगवान दी जय। सो हंग महाराज शेर सिंह विष्णु भगवान दी जय। सो हंग महाराज शेर सिंह विष्णु भगवान दी जय।
ਸਾਰੇ ਹੀ ਜਿਨ੍ਹਾਂ ਦੀ ਉਡੀਕ ਵਿੱਚ ਲੱਗੇ ਹਾਂ ਉਹ ਭੈਣ ਜੀ ਤੇ ਵੀਰ ਜੀ ਜੇਠਵਾਲ ਤੋਂ ਆ ਚੁੱਕੇ ਹਨ। ਹੁਣ ਬਸ ਸੀਰ ਪਹੁੰਚਣ ਵਾਲੇ ਹਨ ਔਰ ਆਪ ਜੀ ਸਾਰੇ ਹੀ ਉਹਨਾਂ ਦੇ ਦਰਸ਼ਨ ਕਰੋਗੇ। ਇਸ ਕਰਕੇ ਮੈਂ ਛੋਟਾ ਜਿਹਾ ਇੱਕ ਜੋ ਸੱਚੇ ਪਾਤਸ਼ਾਹ ਨੇ ਕਿਹਾ ਹੁਕਮਨਾਮੇ 33 ਹੁਕਮਨਾਮੇ ਜਿਹਨਾਂ 'ਤੇ ਅਸੀਂ ਚੱਲਣਾ ਚਾਹੀਦਾ ਹੈ, ਲੇਕਿਨ ਜਿਹੜੇ 5 ਕੁ ਹੁਕਮਨਾਮੇ ਨੇ ਉਹਨਾਂ ਦੇ ਤਾਂ ਅਸੀਂ ਸਾਨੂੰ ਹਰ ਵਕਤ ਉਹਦਾ ਖਿਆਲ ਰੱਖਣਾ ਚਾਹੀਦਾ ਹੈ। ਪਹਿਲਾ ਹੈ ਕਿ ਅਸੀਂ ਉਸ ਕਾਲਪੁਰ ਪਰਮਾਤਮਾ ਦਾ ਹੀ ਕੇਵਲ ਇਸ਼ਟ ਮੰਨਣਾ ਹੈ, ਉਹਦੇ ਇਲਾਵਾ ਅਸੀਂ ਕਿਤੇ ਵੀ ਆਪਣੇ ਆਪ ਨੂੰ ਝੁਕਾਉਣ ਦੀ ਕੋਸ਼ਿਸ਼ ਨਹੀਂ ਕਰਨੀ ਹੈ। ਸਿਰਫ ਉਸ ਪਰਮੇਸ਼ੁਰ ਜੋ ਨਿਰਾਕਾਰ ਕਾਲਪੁਰ ਪਰਮਾਤਮਾ ਹੈ ਉਹਦੇ ਅੱਗੇ ਹੀ ਸਾਡਾ ਸਿਰ ਝੁਕਣਾ ਚਾਹੀਦਾ ਹੈ। ਦੂਜੀ ਗੱਲ ਇਹ ਹੈ ਕਿ ਅਸੀਂ ਕਿਸੇ ਵੀ ਜਾਤ ਪਾਤ ਦੇ ਆਧਾਰ 'ਤੇ ਕਿਸੇ ਨਾਲ ਘਿਰਨਾ ਨਹੀਂ ਕਰਨੀ ਹੈ। ਕਈ ਵਾਰੀ ਸਾਡੇ ਵਿਚਾਰ ਆ ਜਾਂਦਾ ਹੈ ਮਨ ਵਿੱਚ, ਅਸੀਂ ਸੋਚਦੇ ਹਾਂ, ਉਹ ਕਦੀ ਵੀ ਇਹੋ ਜਿਹਾ ਵਿਚਾਰ ਨਹੀਂ ਆਉਣਾ ਚਾਹੀਦਾ, ਕਿਉਂਕਿ ਸ਼ਹਿਨਸ਼ਾਹ ਨੇ ਕਿਹਾ ਹੈ ਕਿ ਜੋ ਮੇਰੇ ਭਗਤ ਹਨ ਉਹਨਾਂ ਦੀ ਕੋਈ ਪਰਮਾਤਮਾ ਦੇ ਹੀ ਪਿਆਰੇ ਹਨ ਸਾਰੇ, ਔਰ ਇਸ ਦੇ ਨਾਲ ਹੀ ਅਸੀਂ ਪੂਰੀ ਮਾਨਵ ਜਾਤੀ ਨਾਲ ਉਸ ਪਰਮੇਸ਼ਰ ਦਾ ਰੂਪ ਸਮਝ ਕੇ ਉਹਨਾਂ ਨਾਲ ਪਿਆਰ ਕਰਨਾ ਹੈ, ਨਾ ਕਿ ਕਿਸੇ ਨਾਲ ਨਫ਼ਰਤ ਕਰਨੀ ਹੈ। ਚਾਹੇ ਕੋਈ ਚੋਰੀ ਕਰਦਾ ਹੈ, ਚਾਲੀ ਕਰਦਾ, ਡਾਕਾ ਮਾਰਦਾ ਹੈ, ਕੁਝ ਵੀ ਕਰਦਾ ਹੈ, ਸ਼ਰਾਬੀ ਹੈ, ਕਬਾਬੀ ਹੈ, ਲੇਕਿਨ ਤੁਸੀਂ ਕਿਸੇ ਨਾਲ ਵੀ ਨਫ਼ਰਤ ਨਹੀਂ ਕਰਨੀ ਹੈ, ਤੁਸੀਂ ਉਸ ਪਰਮੇਸ਼ਰ ਦੇ ਹੁਕਮ ਨੂੰ ਮੰਨਣਾ ਹੈ। ਇਸ ਦੇ ਨਾਲ ਹੀ ਅੱਗੇ ਆ ਕਿ ਕਦੇ ਵੀ ਅਭਿਮਾਨ ਵਿੱਚ ਨਹੀਂ ਆਉਣਾ। ਕਈ ਵਾਰੀ ਅਸੀਂ ਇਹ ਕਹਿੰਦੇ ਹਾਂ ਕਿ ਸਾਨੂੰ ਆਪਣੇ ਆਪ 'ਤੇ ਅਹੰਕਾਰ ਹੋਮੇ ਆ ਜਾਂਦੀ ਹੈ। ਹੋਮੇ ਵਿੱਚ ਕਹਿੰਦਾ ਹੈ ਕਿ ਮੇਰਾ ਭਗਤ ਜਨ ਹੈ ਉਹ ਕਦੇ ਵੀ ਹੋਮਾ ਵਿੱਚ ਨਹੀਂ ਆਉਂਦਾ, ਉਹ ਕਦੇ ਵੀ ਚਰਨਾਂ ਦੀ ਧੂੜੀ ਮੰਗੇਗਾ, ਚਰਨ ਨਮਸਕਾਰ ਹੀ ਕਰੇਗਾ, ਔਰ ਇਹੀ ਕਰੇਗਾ ਕਿ ਮੈਂ ਇਹ ਕਾਲਪੁਰ ਪਰਮਾਤਮਾ ਮੈਨੂੰ ਆਪਣੇ ਚਰਨਾਂ ਵਿੱਚ ਵਸ ਲਾ। ਇਸ ਦੇ ਇਲਾਵਾ ਕਦੇ ਵੀ ਦੂਜਾ ਵਿਚਾਰ ਨਹੀਂ ਚਾਹੀਦਾ। ਇਸ ਕਰਕੇ ਮੇਰੀ ਇਹੀ ਬੇਨਤੀ ਹੈ ਸਾਰੀ ਹਰ ਸੰਗਤ ਅੱਗੇ ਔਰ ਸਾਰੀ ਮਾਨਵ ਜਾਤੀ ਵਾਸਤੇ, ਜਿਸ ਤਰ੍ਹਾਂ ਅਸੀਂ ਉਹਨਾਂ ਨਾਲ ਪਿਆਰ ਕਰਨਾ ਹੈ ਉਹ ਵੀ ਸਾਡੇ ਨਾਲ ਸਾਰੇ ਹੀ ਪਿਆਰ ਕਰਨਗੇ ਜਦੋਂ ਅਸੀਂ ਕਿਸੇ ਨਾਲ ਨਫ਼ਰਤ ਨਹੀਂ ਕਰੀ। ਬਾਕੀ ਕਿਸੇ ਵੀ ਧਰਮ ਦੇ ਪ੍ਰਥਾਏ ਕਦੇ ਵੀ ਮਾੜਾ ਸ਼ਬਦ ਨਹੀਂ ਬੋਲਣਾ, ਕਿਉਂਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਉਹ ਬਾਣੀ 4 ਨੰਬਰ ਗ੍ਰੰਥ 'ਚ ਬੜੀ ਵਾਅਦਾ ਕਰਦੀ ਹੈ ਕਿ ਸੱਚੇ ਪਾਤਸ਼ਾਹ ਜੀ ਵਿਆਸ ਜੋ ਡੇਰਾ ਹੈ ਉੱਥੇ ਵੀ ਗਏ ਔਰ 4 ਵਾਰ ਸ਼ਬਦ ਵੀ ਭੇਜਿਆ ਉਹਦੇ ਵਿੱਚ ਅੰਕ ਦਾ। ਦਿੱਲੀ ਆਗਰਾ ਵਿੱਚ ਵੀ ਗਏ ਸੱਚੇ ਪਾਤਸ਼ਾਹ ਜੀ, ਬਹੁਤ ਜਿਹੜੇ ਵੱਡੇ ਜਥੇਦਾਰ ਜਿਸ ਤਰ੍ਹਾਂ ਸਾਡੇ ਹਜ਼ੂਰ ਸਾਹਿਬ ਸੱਚੇ ਪਾਤਸ਼ਾਹ ਗਏ, ਉੱਥੇ ਵੀ ਸਿੱਖਾਂ ਨੂੰ ਸੰਬੋਧਿਤ ਕੀਤਾ। ਇੱਥੇ ਭਗਤ ਦੁਆਰ ਆਪਣੇ ਹਰਿਮੰਦਰ ਸਾਹਿਬ ਸ਼ਹਿਨਸ਼ਾਹ ਸੱਚੇ ਪਾਤਸ਼ਾਹ ਜੀ ਗਏ ਔਰ ਇਸ ਤਰ੍ਹਾਂ ਹੋਰ ਬਹੁਤ ਸਾਰੇ ਗੁਰਦੁਆਰੇ ਬਠਿੰਡੇ ਵਿੱਚ 46 ਸਾਹਿਬ ਗੁਰਦੁਆਰਾ ਹੈ, ਉੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉਹਨਾਂ ਨਾਲ ਬਚਨ ਬਲਾਸ ਹੋਏ। ਕਿਉਂਕਿ ਉਹ ਕਹਿੰਦੇ ਹਨ ਕਿ ਇੱਕ ਲੇਖ ਹੈ ਬੜਾ ਪਿਆਰਾ, ਉਹ ਕੀ ਲੇਖ ਹੈ? ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਥਾ। ਕਿਸੇ ਸਿੱਖ ਨੇ ਪੁੱਛਿਆ ਕਿ ਤੁਸੀਂ ਇਹ 24 ਗ੍ਰੰਥ ਲਿਖਾ ਰਹੇ ਹੋ ਜਾਂ ਜਿਸ ਤਰ੍ਹਾਂ ਤੁਸੀਂ ਗ੍ਰੰਥਾਂ ਦੀ ਰਚਨਾ ਕਰ ਰਹੇ ਹੋ, ਕਿਆ ਗ੍ਰੰਥ ਸਾਹਿਬ ਦੀ ਕੋਈ ਰਚਨਾ ਮਾੜੀ? ਉੱਥੇ ਸ਼ਹਿਨਸ਼ਾਹ ਹਜ਼ੂਰ ਸੱਚੇ ਪਾਤਸ਼ਾਹ ਨੇ ਸ਼ਬਦ ਹਰ ਬਾਣੀ ਰਾਹੀਂ ਲਿਖਾਇਆ ਕਿ ਗੁਰੂ ਗ੍ਰੰਥ ਸਾਹਿਬ ਵਰਗੀ ਕੋਈ ਹਦੀਸ਼ ਨਹੀਂ। ਇੰਨਾ ਜ਼ਿਆਦਾ ਮਾਣ ਦਿੱਤਾ ਹੈ ਉਹਦੇ ਵਿੱਚ, ਕਿਉਂਕਿ ਕਿਆ ਅਗਰ ਇੱਕ ਮੇਰਾ ਸਿੱਖ ਜੋ ਖਾਲਸਾ ਹੈ ਉਹ ਮਲੇਸ਼ ਨਾ ਹੋ ਜਾਏ, ਅਗਰ ਉਹ ਉਸ ਨੂੰ ਸਹੀ ਤਰੀਕੇ ਨਾਲ ਪੜ੍ਹੇ ਤਾਂ ਉਹ ਅਗਰ ਮੁਰਦਾ ਵੀ ਕਿਤੇ ਪਿਆ ਨਾ, ਮਰ ਗਿਆ ਕੋਈ ਬੰਦਾ, ਉਹਨੂੰ ਜੀਵਤ ਕਰ ਸਕਦਾ ਹੈ। ਇੰਨੀ ਤਾਕਤ ਹੈ ਲੇਖ ਆ, ਕਿਤੇ ਮੌਕਾ ਮਿਲੇਗਾ ਉਹ ਲੇਖ ਪੜ੍ਹਾਂਗੇ, ਆਪ ਹੀ ਨੇ ਸਰਵਨ ਕਰਨਾ ਹੈ ਜੀ। ਇਸ ਕਰਕੇ ਕੋਈ ਵੀ ਮਜ਼ਹਬ ਹੈ, ਕੋਈ ਵੀ ਦੀਨ ਹੈ, ਕੋਈ ਸਾਨੂੰ ਇਹ ਆਪਸ ਵਿੱਚ ਵੈਰ ਕਰਨਾ ਨਹੀਂ ਸਿਖਾਉਂਦਾ। ਅਸੀਂ ਸਾਰਿਆਂ ਨਾਲ ਹੀ ਪਿਆਰ ਕਰਨਾ ਹੈ ਔਰ ਉਸ ਪਰਮਾਤਮਾ ਨੂੰ ਕਦੀ ਵੀ ਵਿਸਾਰਨਾ ਨਹੀਂ। ਜੋ ਅਕਾਲਪੁਰ ਪਰਮਾਤਮਾ ਸਾਡੇ 'ਤੇ ਕਿਰਪਾ ਕੀਤੀ ਆ, ਉਹ ਤਾਂ ਹਰ ਕੋਈ ਕਹਿੰਦਾ ਹੈ ਕਿ ਸਾਡੇ 'ਤੇ ਵੀ ਕਿਰਪਾ ਹੁੰਦੀ, ਲੇਕਿਨ ਜਿਸ ਤਰ੍ਹਾਂ ਤੁਸੀਂ ਸੁਣਿਆ ਹੈ ਕਿ ਉਹ ਯਾਰ ਕਾਨੀ ਜੋ ਸੀ ਜਿਸ ਵੇਲੇ ਸਭ ਦਸਵੇਂ ਪਾਤਸ਼ਾਹ ਜੀ ਉੱਚ ਦੇ ਪੀਰ ਬਣੇ ਤਾਂ ਉਠਾ ਕੇ ਜਾ ਰਹੇ ਸੀ ਇੱਕ ਅਤੇ ਉਹਨਾਂ ਵਿੱਚ ਉਹ 9 ਕਦਮ 'ਤੇ ਜਾ ਕੇ ਡੋਲ ਗਿਆ। ਉਹ ਕਹਿੰਦਾ ਮੈਂ ਤਾਂ ਆਪਣੇ ਪਿਤਾ ਦਾ ਹੁਕਮ ਮੰਨ ਲਿਆ, ਮੈਂ ਤਾਂ ਇੱਥੋਂ ਤਾਫ਼ ਨਹੀਂ ਚੁੱਕਿਆ। ਉਸਨੇ ਸਭ ਦਸਵੇਂ ਪਾਤਸ਼ਾਹ ਦੀ ਇਹ ਗੱਲ ਵਰਤ, ਕਿਉਂਕਿ ਉਹਨੇ ਮੂੰਹ ਬੋਲਿਆ ਨਹੀਂ, ਉਹਦੇ ਅੰਤਰ ਆਤਮਾ 'ਤੇ ਖਿਆਲ ਆ ਗਿਆ। ਤਾਂ ਲੇਕਿਨ ਉਹਦੇ ਨਾਲ ਹੀ ਦੂਜਾ ਸੀ ਜੋ ਉਹਨੂੰ ਮਾੜਾ ਜਿਹਾ ਚਰਨ ਨਜ਼ਰ ਆਇਆ ਉੱਥੋਂ, ਤਾਂ ਉੱਥੋਂ ਕਹਾ ਕਿ ਮੈਂ ਚਰਨ ਕਦੇ ਚੀਰ ਨਾਲ ਚੱਟ ਲਾਂ, ਮੈਂ ਉਹਦੀ ਇੰਨੀ ਸੇਵਾ ਕਰਾਂ, ਮੈਨੂੰ ਦਿਦਾਰ ਹੋਵੇ। ਤਾਂ ਉਹ ਤੁਸੀਂ ਦੇਖਿਆ ਦੋਵੇਂ, ਕਿਉਂਕਿ ਇੱਥੇ ਜੰਮੂ ਵਿੱਚ ਆਉਂਦੇ ਸੀ। ਤਾਂ ਉਹ ਬੰਦਾ ਜੋ ਸੀ ਉਹ ਪ੍ਰੇਮ ਪਰਮਾਤਮਾ ਦਾ ਪ੍ਰੇਮੀ ਹੋ ਗਿਆ, ਤਾਂ ਦੂਜਾ ਜਿਹੜਾ 9 ਸਾਲ ਬਾਅਦ ਛੱਡ ਕੇ ਚਲਾ ਗਿਆ। ਬੜੀ ਬੇਨਤੀਆਂ ਕੀਤੀਆਂ, ਲੇਕਿਨ ਨਹੀਂ, ਸੱਚੇ ਪਾਤਸ਼ਾਹ ਲੇਖ ਰਹਾ ਕਿ ਇਹਦਾ ਹੈ ਹੀ ਨਾ, ਕਿ ਉਦੋਂ ਇਹ 9 ਕਦਮ ਮੇਰੇ ਨਾਲ ਚੱਲਿਆ ਸਿੱਧਾ, ਤੇ 9 ਸਾਲ ਦਾ ਲੇਖਾ ਸੀ ਤੇ ਅੱਗੇ ਦਾ ਲੇਖਾ ਕੋਈ। ਇਸ ਕਰਕੇ ਉਹ ਤਾਂ ਪਰਮੇਸ਼ੁਰ ਦੀ ਕਿਰਪਾ ਹੈ, ਜੇ ਸਾਡੇ ਤੇ ਹੋਈ ਅਸੀਂ ਕਹੀਏ ਅਸੀਂ ਬੜੇ ਅਭਿਮਾਨੀ ਹੋ ਗਏ ਹਾਂ, ਨਹੀਂ, ਉਹਨੇ ਜਬਰੀ ਭਗਤ ਬਣਾਇਆ।
क्योंकि सच्चे पातशाह जी नूं कई बार कहते ही सिख जन शामी कट्ठे हो जाते कहते जी कोई खुशखबरी सुनाओ तो मारे ने दूंगा खुशखबरी कराई तो मैं की खुशखबरी सुनाई कि मैं तुहानूं भगत जगड़ी बनाया तुहाडी कोई कदूर नहीं सी ते मैं यह खुशखबरी सुनांदा कि मैं तुहानूं भगत जगड़ी बनाया है उहदे नाल की है कि उत्तों तारे भी देख रहे तारे अंबरी भी देख रहे हैं और नीचे तू धरनी अंबरी आराम सीता भी उहनूं प्रणाम करदे हां तुहानूं देवी देवते भी रस्ते खड़ोते होंगे कि यह भगत जो परमेश्वर ने आ बनाए हैं इन्हों का किड्डा वड्डा माण है। इस करके अभी कदे भी इस तरह का विचार नहीं होना चाहिए। और फिर मैं एक बार सोहन महाराज शेर सिंह विष्णु भगवान की ज्यादा कथा वह आप जी ने सरवण करना है जी। वीर जी भी पहुंच गए हैं अपना नाम निर्गुण होके निर्गुण बंड बंडाई आ राजा का राजा महाराज अखवावा सोह महाराज आने राजा का राजा महाराज अखवावा सचखंड निवासी सच्चा छैन शाही आ शेरां दा शेर बलधारी सिंह अपना योर प्रगटावा दूजा सानी नजर कोई ना आईया बिष्णु होके धर कर दर दर सब दी सेव कमावा मान बढ़ियाई ना कोई विखाईया भगवान होके एथे ओथे दो जहाना इको हुक्म सुनावा ना कोई मेटे मेट मिटाईया सतयुग त्रेता द्वापर कलयुग गुरुआ अवतारा पीर पैगंबरां कोलों जय जयकार करावा रहन कोई ना पाईया। ये हुण वीर जी भैन जी आ गए हैं आ जी ने जकारियों का साथ देना है पहले सारे ही गज के जकारे लाने ताकि तो आप सारे जो अड़ीक विच लगे हो तो साहिब जी सच्चे पातशाह की कृपा नाल आप जी दे विच आ रहे हैं। सो देखो बड़ी खुशी की गल है कि वीर जी और भैन जी साढ़े जम्मू जदों अं चाहिए अदू आ जाए लेकिन पंजाब भी अं टूर ही रहने तो वीर जी बड़ा मुश्किल बहुत ज्यादा करते हैं कि साढ़े भी सामने भी दर्शन देन तो यह पता नहीं किन्ना और परमेश्वर ने कर्म किया है जो ना सच्चे पातशाह की कृपा ना आ देते हम सेहत ठीक होवे जो ना ठीक होवे तो हूँ मैं बेनती कराँगा पहले भैन जी साढ़े आए सत्कार जो भैन जी अच्छा हूँ फिर भैन जी कह रहे नहीं जी वीर जी ने जो इस करके साथ सत्कार जो वीर जी जो हम जिन्हों की सू उक वो आए हैं और आप जी ने सारे ही आप जी ने सरवण करना और बिल्कुल चुप रहना है कोई भी अगर पिछले थोड़ा बहुत भी बोलन की जा अगर पिछले हरकत करने की कोशिश नहीं करे और सरवण करना है क्योंकि तो सारे अड़ीक लगी सी